ਹੁਣ ਗੱਲ ਕਰਦੇ ਹਾਂ ਟੀਵੀ ਦੀ ਮਸ਼ਹੂਰ ਅਦਾਕਾਰਾ ਨੀਆ ਸ਼ਰਮਾ ਦੀ। ਨੀਆ ਸ਼ਰਮਾ ਜੋ ਕਿ ਆਪਣੀ ਫਿਟਨੈਸ ਅਤੇ ਆਪਣੇ ਫੈਸ਼ਨ ਸਟਾਈਲ ਨੂੰ ਲੈ ਕੇ ਅਕਸਰ ਹੀ ਲਾਈਮਲਾਈਟ ਦੇ ਵਿੱਚ ਬਣੀ ਰਹਿੰਦੀ ਹੈ। ਹਾਲ ਫਿਲਹਾਲ ਹੀ ਉਹਨਾਂ ਨੇ ਆਪਣੇ ਫਿਗਰ ਨੂੰ ਮੇਨਟੇਨ ਰੱਖਣ ਲਈ ਕੀ ਕੁਝ ਕੀਤਾ ਹੈ ਉਸ ਗੱਲ ਦਾ ਖੁਲਾਸਾ ਕੀਤਾ। ਇਹ ਖੁਲਾਸਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਨੀਆ ਸ਼ਰਮਾ ਭਾਰਤੀ ਟੀਵੀ ਇੰਡਸਟਰੀ ਦੀ ਫੇਮਸ ਐਕਟਰੈਸ ਹੈ। ਅਦਾਕਾਰੀ ਦੇ ਨਾਲ ਨਾਲ ਉਹ ਆਪਣੇ ਬੋਲਡ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਉਸਦੀ ਬੋਲਡਨੈਸ ਅਤੇ ਉਹਨਾਂ ਦੇ ਪਹਿਰਾਵੇ ਦਾ ਸਟਾਈਲ ਹੀ ਕਈ ਵਾਰ ਉਹਨਾਂ ਲਈ ਸਮੱਸਿਆ ਬਣ ਜਾਂਦਾ ਹੈ। ਉਸਦੇ ਇਸ ਅੰਦਾਜ਼ ਕਾਰਨ ਉਸਨੂੰ ਕਈ ਵਾਰ ਸੋਸ਼ਲ ਮੀਡੀਆ ਤੇ ਟ੍ਰੋਲ ਵੀ ਕੀਤਾ ਜਾਂਦਾ ਹੈ, ਪਰ ਉਸਨੂੰ ਇਸ ਟ੍ਰੋਲਿੰਗ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨੀਆ ਸ਼ਰਮਾ ਨੇ ਆਪਣੇ ਪਤਲੇ ਫਿਗਰ ਰਾਹੀਂ ਸਭ ਨੂੰ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਸਨੇ ਦੱਸਿਆ ਕਿ ਉਹ ਆਪਣੀ ਫਿਗਰ ਨੂੰ ਪਤਲੀ ਰੱਖਣ ਦੇ ਲਈ ਬਹੁਤ ਸੰਘਰਸ਼ ਕਰਦੀ ਹੈ। ਉਹ ਪਿਛਲੇ 14 ਸਾਲਾਂ ਤੋਂ ਆਪਣੇ ਆਪ ਨੂੰ ਫਿੱਟ ਰੱਖਣ ਤੇ ਸਲਿਮ ਰੱਖਣ ਲਈ ਬਹੁਤ ਮਿਹਨਤ ਕਰ ਰਹੀ ਹੈ। ਨੀਆ ਸ਼ਰਮਾ ਨੇ ਦੱਸਿਆ ਕਿ ਉਸਨੇ ਸਾਰਾ ਸਾਰਾ ਦਿਨ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਫਿੱਟ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਆਪ ਨੂੰ ਫਿੱਟ ਕਰਨ ਲਈ 10-10 ਦਿਨਾਂ ਲਈ ਵੀ ਭੁੱਖੀ ਰਹੀ ਹੈ। ਅਭਿਨੇਤਰੀ ਨੇ ਦੱਸਿਆ ਕਿ ਉਹ ਡਾਈਟਿੰਗ ਬਾਰੇ ਜ਼ਿਆਦਾ ਨਹੀਂ ਜਾਣਦੀ ਸੀ। ਉਸਨੂੰ ਨਹੀਂ ਪਤਾ ਸੀ ਕਿ ਫਿੱਟ ਹੋਣ ਲਈ ਕਿੰਨੀ ਡਾਈਟ ਲੈਣੀ ਚਾਹੀਦੀ ਹੈ। ਉਹ ਸਿਰਫ ਇੱਕ ਗੱਲ ਜਾਣਦੀ ਸੀ ਕਿ ਜੇ ਉਹ ਨਾ ਖਾਵੇ ਤਾਂ ਉਸਦਾ ਪੇਟ ਅੰਦਰ ਹੀ ਰਹੇਗਾ। ਫਿੱਟ ਰਹਿਣ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਅਨੁਸ਼ਾਸਿਤ ਜੀਵਨ ਜਿਉ ਰਹੀ ਹੈ। ਨੀਆ ਸ਼ਰਮਾ ਨੇ ਕਿਹਾ ਕਿ ਜੇਕਰ ਤੁਹਾਡੇ ਵਿੱਚ ਆਤਮ ਵਿਸ਼ਵਾਸ ਹੈ ਤਾਂ ਤੁਸੀਂ ਦੂਜਿਆਂ ਤੋਂ ਕੋਈ ਉਮੀਦ ਨਹੀਂ ਰੱਖਦੇ, ਪਰ ਜੇਕਰ ਆਤਮ ਵਿਸ਼ਵਾਸ ਦੀ ਕਮੀ ਹੋਵੇ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਦੂਜੇ ਤੁਹਾਡੇ ਬਾਰੇ ਚੰਗਾ ਬੋਲਣ ਅਤੇ ਤੁਹਾਡੀ ਤਾਰੀਫ ਕਰਨ। ਭਾਰਤੀ ਸਿੰਘ ਦੇ ਪੋਡਕਾਸਟ ਦੇ ਵਿੱਚ ਇਹ ਕਹਿ ਕੇ ਨੀਆ ਨੇ ਦੱਸ ਦਿੱਤਾ ਕਿ ਲੋਕਾਂ ਦੁਆਰਾ ਟ੍ਰੋਲ ਕੀਤੇ ਜਾਣ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਮੈਂ ਕਿਵੇਂ ਦੀ ਦਿਖਾਈ ਦੇਣਾ ਹੈ, ਇਸ ਲਈ ਹੁਣ ਮੈਨੂੰ ਲੋਕਾਂ ਦੀ ਟ੍ਰੋਲਿੰਗ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਆਪਣੇ ਆਪ ਦੇ ਵਿੱਚ ਅਤੇ ਆਪਣੀ ਫਿਟਨੈਸ ਤੇ ਬਹੁਤ ਹੀ ਖੁਸ਼ ਹਾਂ।